ਉਹ ਲਿਆ ਜਾ ਚਾਹ ਹਰਪੀ ਘਟਾ ਲੇਟ ਹੋਈ ਜਾਣੇ ਆ ਯਾਰ ਹਾਂ ਜੀ ਚਲ ਆ ਵੀ ਵਧੀਆ ਕਰਿਆ ਪਾਰਟੀ ਜੀ ਲਿਆ ਦੀ ਛੇਤੀ ਠਰ ਜੂਗੀ ਨਾ ਨਾ ਮੈਨੂੰ ਐ ਦੱਸਾਂ ਵੀ ਆ ਕੱਲ ਦਾ ਦੇਖੀ ਜਾਂਦਾ ਤੈਨੂੰ ਮੈਂ ਮੂੰਹ ਜਾ ਕਿਉਂ ਐ ਕਰੀ ਫਿਰਦੀ ਆ ਤੂੰ ਗੱਲ ਆ ਤਾਂ ਮੈਨੂੰ ਦੱਸ ਦੇ ਨਹੀਂ ਜੀ ਕੋਈ ਗੱਲ ਨਹੀਂ ਹੁਣ ਤੂੰ ਹੀ ਲੱਗੀ ਜਾਂਦਾ ਨਾ ਉਹੀ ਤਾਂ ਨਹੀਂ ਲੱਗਦਾ ਪਹਿਲਾਂ ਨਹੀਂ ਤੈਨੂੰ ਮੈਂ ਕਦੇ ਕਿਹਾ ਨਾ ਦੱਸ ਦੇ ਜੇ ਕੋਈ ਗੱਲ ਆ ਤਾਂ ਜੀ ਜਦੋਂ ਕੱਲ ਤੁਸੀਂ ਬਾਗ ਗਏ ਸੀ ਨਾ ਉਸ ਤੋਂ ਬਾਅਦ ਮਾਂ ਆਈ ਸੀ ਮੇਰੇ ਕੋਲ ਕਹਿੰਦੀ ਤੈਨੂੰ ਤੇਲ ਪਾ ਕੇ ਫੂਕ ਦੂੰਗੀ ਉਹ ਯਾਰ ਐਵੇਂ ਭਕਾਈ ਮਾਰਦੀ ਆ ਬੇਬੇ ਉਹਦੀ ਕੀ ਹਿੰਮਤ ਆ ਵੀ ਤੈਨੂੰ ਹੱਥ ਲਾ ਦੂਗੀ ਹੈ ਜਿੰਨਾ ਚਿਰ ਮੈਂ ਬੈਠਾਂਗਾ ਐਵੇਂ ਤੇਥੋਂ ਕੰਮ ਕਰਾਉਂਦੀਆਂ ਮਾਰੀਆਂ ਡਰਾਉਂਦੀਆਂ ਤੈਨੂੰ ਨਹੀਂ ਮਨਿੰਦਰ ਦੀਦੀ ਤਾਂ ਮੇਰੇ ਕੋਲ ਆ ਕੇ ਮਾਫੀ ਮੰਗ ਲਈ ਸੀ ਉਹ ਕਹਿੰਦੀ ਜੇ ਤੈਨੂੰ ਮਚਾ ਸਕਦੀ ਆ ਤਾਂ ਮੈਨੂੰ ਕੀ ਬਖਸ਼ੂਗੀ ਉਹ ਤਾਂ ਮੈਂ ਤੈਨੂੰ ਐਂ ਕਹਿਣਾ ਤੂੰ ਬਾਲਾ ਉਹਦੇ ਮਗਰ ਵੀ ਨਾ ਲੱਗ ਉਹ ਵੀ ਤੈਨੂੰ ਪਤਾ ਨਹੀਂ ਉਹਦਾ ਫਿਰਮਾ ਲਾਟੂ ਆ ਜਿੱਦਣ ਉਹਨੂੰ ਸਹੀ ਲੱਗਦਾ ਉਧਰ ਨੂੰ ਹੋ ਜਾਂਦੀ ਆ ਨਹੀਂ ਨਹੀਂ ਜੀ ਹੁਣ ਤਾਂ ਸਾਰੇ ਕੰਮ 'ਚ ਹੈਲਪ ਕਰਵਾਉਂਦੀ ਆ ਮੇਰੀ ਜਿਹੜਾ ਕੰਮ ਭੱਜ ਕੇ ਕਰਦੀ ਆ ਹੁਣ ਤਾਂ ਬਿਨਾਂ ਕਹੀ ਉਹ ਚੱਲ ਵਧੀਆ ਚੰਗੀ ਗੱਲ ਆ ਜੇ ਉਹਨੂੰ ਭੋਰਾ ਅਕਲਾ ਜੇ ਜੇ ਉਹਨੂੰ ਵੀ ਪਤਾ ਲੱਗ ਜੇ ਮੇਰਾ ਹੀ ਘਰ ਆ ਤਾਂ ਚੱਲ ਚੰਗੀ ਗੱਲ ਆ ਗੱਲ ਕਰ ਫਿਰ ਵੀ ਤੂੰ ਬੜਾ ਯਕੀਨ ਨਾ ਕਰੀ ਨਾਲੇ ਮੈਂ ਕਰਦਾ ਬੇਬੇ ਨਾਲ ਗੱਲ ਐ ਅੱਜ ਉਹ ਐਂ ਕਹਿੰਦੀ ਆ ਸਵੇਰ ਨੂੰ ਕੁਛ ਹੋਰ ਕਹੂਗੀ ਉਹ ਰਹਿਣ ਦੋ ਜੀ ਐਵੇਂ ਕਲੇਸ਼ ਖੜਾ ਹੋ ਜਾਊਗਾ ਫਿਰ ਬੇਬੇ ਫਿਰ ਮੈਨੂੰ ਕਹੂਗੀ ਵੀ ਦੱਸਤਾ ਉਹ ਯਾਰ ਦੱਸਣ ਨੂੰ ਹੁਣ ਫਿਰ ਦੱਸਣਾ ਹੀ ਆ ਸਵੇਰ ਨੂੰ ਕੋਈ ਨੀਕੀ ਹੋ ਗਈ ਫਿਰ ਕਿਹਦੀ ਮਾਣੂ ਮਾਸੀ ਕਹਾਂਗੇ ਬੇਬੇ ਨੇ ਮੈਨੂੰ ਸਾਫ ਮਨਾ ਕੀਤਾ ਵੀ ਕਾਲੇ ਕੋਲ ਕੋਈ ਗੱਲ ਨਹੀਂ ਕਰਨੀ ਜੇ ਹੁਣ ਤੁਸੀਂ ਬੇਬੇ ਕੋਲ ਜਾ ਕੇ ਗੱਲ ਕਰੋਗੇ ਫਿਰ ਬੇਬੇ ਮੈਨੂੰ ਲੜੂਗੀ ਆ ਕੇ ਉਹ ਯਾਰ ਬੇਬੇ ਨੇ ਤਾਂ ਤੈਨੂੰ ਕਿਹਾ ਬੇਬੇ ਦਾ ਕਿਤੇ ਕੰਧ ਨਾ ਢਾ ਦੇ ਉਹਦਾ ਕਿਤੇ ਹੋਰ ਨਾ ਕਹਦੇ ਚੱਲ ਮੈਂ ਕਰਦਾ ਕੋਈ ਨਹੀਂ ਗੱਲ ਪੁੱਛਦਾ ਬੇਬੇ ਨੂੰ ਵੀ ਤੇਰੀ ਕੀ ਹਿੰਮਤ ਆ ਇਹਨੂੰ ਹੱਥ ਲਾਉਂਦੀ ਹੈ ਨਹੀਂ ਨਹੀਂ ਜੀ ਐਵੇਂ ਕੋ ਕਲੇਸ਼ ਖੜਾ ਕਰਨਾ ਟਿਕਟ ਕਾਈ ਗੱਲ ਨੂੰ ਐਵੇਂ ਕਿਉਂ ਹੋ ਕਰਨਾ ਨਾਲੇ ਹੁਣ ਤਾਂ ਦੀਦੀ ਵੀ ਮੇਰੀ ਸਾਈਡ ਹੋ ਗਈ ਕੋਈ ਨਾ ਮੰਮੀ ਵੀ ਆਪੇ ਉਹ ਕਰਨ ਲੱਗ ਜੂ ਹੌਲੀ ਹੌਲੀ ਉਹ ਯਾਰ ਮੇਰੀ ਗੱਲ ਸੁਣ ਤੂੰ ਇੱਕ ਵਾਰੀ ਮੈਨੂੰ ਗੱਲ ਤਾਂ ਕਰਨ ਦੇ ਬੇਬੇ ਨਾ ਮੈਂ ਕਰਦਾ ਗੱਲ 1 ਕਿਲੋ 2 ਕਿਲੋ 4 10 15 35 ਕਿਲੋ ਦੁੱਧ ਹੋ ਗਿਆ ਉਹ ਮਾਂ ਕੀ ਕਰੀ ਜਾਨੀ ਆ ਆ ਤਾਂ ਦੁੱਧ ਦਾ ਹਿਸਾਬ ਜਗ ਲਾਉਂਦੀ ਸੀ ਪੈਸੇ ਦੇ ਦੁੱਧ ਦਾ ਹਿਸਾਬ ਤਾਂ ਲਾਉਂਦੀ ਸੀ ਮੇਰੀ ਗੱਲ ਸੁਣ ਨਾ ਤੂੰ ਠੇਕਾ ਹੀ ਲੈ ਲਈ ਮੇਰਾ ਘਰ ਪੱਟ ਕੀ ਹਟਣਾ ਤੁਸੀਂ ਕਿਉਂ ਕੀ ਕਰਤਾ ਨਾ ਤੂੰ ਹਰਪ੍ਰੀਤ ਨੂੰ ਕੀ ਕਹਿਣੀ ਆ ਵੀ ਤੈਨੂੰ ਅਸੀਂ ਅੱਗ ਲਾ ਕੇ ਮਚਾ ਦੇਾਂਗੇ ਹੈ ਅੱਛਾ ਪਰੋਤੀਆਂ ਤੇਰੇ ਗੱਲਾਂ ਉਹ ਮਾਂ ਮੇਰੀ ਗੱਲ ਸੁਣ ਲੈ ਮੇਰਾ ਘਰ ਬਸ ਜਾਣ ਦੇ ਤੈਨੂੰ ਪਤਾ ਪਹਿਲਾਂ ਮਿੰਤਾਂ ਕਰ ਲਿਆਏ ਆ ਕਿਉਂ ਤੁਸੀਂ ਜਲੂਸ ਕੱਢਣ ਤੇ ਲੱਕ ਬੰਨ ਲਿਆ ਮੇਰੀ ਗੱਲ ਸੁਣ ਮੈਂ ਪਹਿਲਾਂ ਮਿੰਤਾਂ ਕਰਕੇ ਲਿਆ ਨਾ ਤੇਰੇ ਮੂੰਹ ਨੂੰ ਦੇਖ ਕੇ ਮੈਂ ਚੁੱਪ ਕਰ ਗਈ ਵੀ ਚੱਲ ਕੋਈ ਨਾ ਤੇਰਾ ਘਰ ਬਸ ਜਾਣ ਦੇ ਤੇਰੇ ਕਰਕੇ ਕਿਉਂਕਿ ਤੈਨੂੰ ਜੰਮਿਆ ਸੀ ਤੂੰ ਮੇਰਾ ਪੁੱਤ ਹੈ ਪਰ ਜੇ ਸੱਚ ਪੁੱਛੇ ਨਾ ਉਹ ਤਾਂ ਮੈਨੂੰ ਬਹੁਤ ਭੈੜੀ ਲੱਗਦੀ ਹੈ ਉਹ ਮਾਂ ਆ ਬੰਨੇ ਤੁਹਾਡੇ ਮੂਰੇ ਹੱਥ ਜੇ ਤੈਨੂੰ ਭੈੜੀ ਲੱਗਦੀ ਹੈ ਨਾ ਅੱਡ ਕਰਦੇ ਸਾਨੂੰ ਅਸੀਂ ਵੀ ਰੋਜ਼ ਰੋਜ਼ ਆ ਕਲੇਸ਼ ਕਰਕੇ ਜਾਂ ਤੁਹਾਡੇ ਮੂੰਹ ਲੱਗ ਕੇ ਰਾਜੀ ਨਹੀਂ ਰੋਜ਼ ਵਿਆਹ ਹੋ ਆ ਤਾਂ ਤੂੰ ਚਾਹੁੰਦਾ ਹੀ ਐ ਜਿੱਦਾਂ ਦਾ ਤੂੰ ਤਾਂ ਉੱਥੇ ਹੀ ਕਹਤਾ ਸੀ ਮੈਂ ਤਾਂ ਅੱਡ ਹੋ ਕੇ ਲੈ ਕੇ ਜਾਊਂਗਾ ਅੱਡ ਅੱਡ ਦੀ ਤੂੰ ਤਾਂ ਅੱਟ ਲਾ ਰੱਖੀ ਐ ਖਾਣੇਗਾ ਕੀ ਸੱਤਾ ਚੁੱਲ੍ਹਿਆਂ ਦੀ ਸਵਾਹ ਉਹ ਫਿਰ ਮੈਨੂੰ ਐ ਤਾਂ ਦੱਸ ਦਿਓ ਇਕੱਠ ਜੇ ਤੁਸੀਂ ਨਹੀਂ ਰਹਿਣ ਦਿੰਦੀਆਂ ਅੱਡ ਤੁਸੀਂ ਨਹੀਂ ਕਰਦੀਆਂ ਫਿਰ ਚਾਹੁੰਦੀਆਂ ਕੀ ਹੋ ਨਾ ਮੇਰੀ ਗੱਲ ਸੁਣ ਆਪਦੀਆਂ ਦੋ ਰੋਟੀਆਂ ਲਾ ਕੇ ਆਏਗੀ ਉਹਨੂੰ ਇਹੀ ਕਿਹਾ ਸੀ ਭਾਈ ਦੋ ਰੋਟੀਆਂ ਮਨਿੰਦਰ ਦੀਆਂ ਲਾ ਦੇ ਉਹ ਕਿਉਂ ਲਾਹੂ ਬਾਈ ਕਿਉਂ ਲਾਹੂ ਉਹ ਕੀ ਇੱਥੇ ਨੌਕਰਾਂ ਨਹੀਂ ਲਿਆਂਦੀ ਆ ਉਹ ਵੀ ਬਹੂ ਐ ਇਸ ਘਰ ਦੀ ਨਾ ਫੇਰ ਕੀ ਹੋ ਗਿਆ ਅੱਗੇ ਕਿੰਨੀਆਂ ਕਪਕਾਈਆਂ ਉਹਨੇ ਮਨਿੰਦਰ ਨੇ ਰੋਟੀਆਂ ਜਦੋਂ ਉਹਦੀ ਮਾਂ ਨੇ ਪਹਿਲਾਂ ਗੱਲ ਖੋਲੀ ਸੀ ਭਾਈ ਮੇਰੀ ਕੁੜੀ ਕੰਮ ਨਹੀਂ ਕਰਦੀ ਉਹ ਫਿਰ ਮੇਰੀ ਗੱਲ ਸੁਣ ਮਾਂ ਉਹਦੇ ਘਰ ਵਾਲਾ ਦੇਖੇ ਉਹ ਤੂੰ ਦੇਖੇ ਠੀਕ ਆ ਅਸੀਂ ਤਾਂ ਨਹੀਂ ਨਾ ਗੱਲ ਖੋਲੀ ਸੀ ਵੀ ਅਸੀਂ ਪਕਾ ਪਕਾ ਦੇਵਾਂਗੇ ਰੋਟੀਆਂ ਇਹਦਾ ਤੁਸੀਂ ਤਾਂ ਹੁਣ ਇਹਦਾ ਜਮਾ ਸ਼ਰਮ ਲਾਹੀ ਬੈਠੋਂ ਗੱਲ ਦੀ ਆਹੋ ਤੂੰ ਉਹਨੂੰ ਸਿਰੇ ਚੜਾਤੀ ਤਾਂ ਹੀ ਤਾਂ ਉਹਦੇ ਐਡੀ ਗਿੱਠ ਦੀ ਜ਼ਬਾਨ ਲੱਗੀ ਉਹ ਲਪਰ ਬੋਲਦੀ ਆ ਮੂਰੇ ਉਹ ਬਾਈ ਹੁਣੇ ਤਾਂ ਬੋਲਣਾ ਹੀ ਆ ਮਾਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਫੇਰ ਕਹਿਣਾ ਵੀ ਮੇਰਾ ਘਰ ਨਾ ਪੱਟ ਦਿਓ ਤੁਸੀਂ ਜੇ ਸੋਥੋਂ ਨਹੀਂ ਇਕੱਠ 'ਚ ਨਿਭਿਆ ਜਾਂਦਾ ਜਾਂ ਅਸੀਂ ਨਹੀਂ ਚੰਗੇ ਲੱਗਦੇ ਨਾ ਸਾਨੂੰ ਪਾਸੇ ਕਰ ਦਿਓ ਵਾ ਗੱਲ ਮੁੱਕੀ ਬੇ ਪੁੱਤ ਮੈਂ ਤੈਨੂੰ ਪਾਸੇ ਕਿੱਥੇ ਕਰਦਾ ਤੁਸੀਂ ਕਿੱਥੇ 5-7 ਹੋ ਦੋ ਭਰਾ ਐ ਤੁਸੀਂ ਦੋ ਵੀ ਨਹੀਂ ਰਲ ਕੇ ਰਹਿ ਸਕਦੇ ਓਏ ਉਹਨਾਂ ਚਿਰ ਹੀ ਰਹਿੰਦੇ ਹੁੰਦੇ ਆ ਇਕੱਠੇ ਵੀ ਜਿੰਨਾ ਚਿਰ ਚੱਲੀ ਜਾਵੇ ਜਦੋਂ ਹੁਣ ਤੁਸੀਂ ਤਾਂ ਇਕੱਠੇ ਰਹਿਣ ਵਾਲੀ ਗੱਲ ਹੀ ਨਹੀਂ ਕਰਦੇ ਤੁਸੀਂ ਤਾਂ ਸਾਰਾ ਦਿਨ ਵੱਢ ਵੀ ਕਰੀ ਜਾਂਦੇ ਹੁਣ ਦੱਸ ਮੈਂ ਕੀ ਕਰਾਂ ਬਸ ਤੂੰ ਤਾਂ ਇੱਕ ਤੈਨੂੰ ਤਾਂ ਤੇਰੀ ਸੱਸ ਦਿੰਦੀ ਐ ਤੇਰਾ ਸਾਲਾ ਦਿੰਦਾ ਤੇਰੀ ਤੀਵੀਂ ਦਿੰਦੀ ਐ ਤੈਨੂੰ ਮਾਂ ਮੂੰ ਨਹੀਂ ਦਿੰਦੀ ਨਾ ਤੈਨੂੰ ਭਰਾ ਦਿਸੇ ਉਹ ਮੈਨੂੰ ਦਿੰਦੇ ਤਾਂ ਸਾਰੇ ਹੀ ਆ ਮੈਂ ਸਾਰਾ ਕੋਈ ਕਮਲਾ ਨਹੀਂ ਠੀਕ ਆ ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਇਹ ਸਿਰੋਂ ਪਾਣੀ ਲੰਘਦਾ ਜਾਂਦਾ ਨਾ ਤੂੰ ਉਹਨੂੰ ਅੱਗ ਲਾ ਕੇ ਕਿਵੇਂ ਮਚਾ ਦੇਂਗੀ ਫਿਰ ਤੂੰ ਘਰੇ ਬਹਿ ਜਾਏਂਗੀ ਫਿਰ ਤੇਰੇ ਕਾਲਜੇ ਠੰਡ ਪੈ ਜੂ ਮੇਰਾ ਘਰ ਪੱਟ ਕੇ ਆਹੋ ਜੇ ਮੈਂ ਕਹਿਤਾ ਤਾਂ ਮਚਾਤੀ ਉਹਨੂੰ ਮੈਂ ਤਾਂ ਉਹੀ ਕਿਹਾ ਸੀ ਉਹ ਕਹਿਣ ਦਾ ਕੀ ਮਤਲਬ ਆ ਕਹਿਣ ਦਾ ਕੀ ਮਤਲਬ ਆ ਤੇਰਾ ਵੀ ਤੂੰ ਐਂ ਕਰ ਦੇਂਗੀ ਹੈ ਤੂੰ ਡਰਾਉਣੀ ਆ ਉਹਨੂੰ ਡਰਾ ਕੇ ਕੰਮ ਕਰਾ ਲੇਂਗੀ ਫਿਰ ਆਹੋ ਕਰਾਉਣੀ ਆ ਡਰਾ ਕੇ ਕੰਮ ਕੰਮ ਦਾ ਨਾ ਕਹਾ ਉਹਨੂੰ ਮੈਂ ਤਾਂ ਜੇ ਇਸ ਘਰ 'ਚ ਰਹੂੰ ਤਾਂ ਕੰਮ ਕਰਾਉਂਗੀ ਬਾਈ ਅਸੀਂ ਤਾਂ ਪੱਕਾ ਕਰਦੇ ਨਹੀਂ ਸਾਡਾ ਤਾਂ ਵੰਡ ਕੇ ਕਰਦੇ ਅਸੀਂ ਤਾਂ ਆਪਦਾ ਕਰਾਂਗੇ ਜਿਹਨੂੰ ਭੁੱਖ ਲੱਗੂ ਆਪੇ ਪਕਾ ਕੇ ਖਾਊ ਅਗਲਾ ਚੱਲ ਕੋਈ ਨਾ ਅੱਡ ਹੋਣਾ ਨਾ ਛੋਟੇ ਨਾਲ ਹਿਸਾਬ ਕਰ ਲਈ ਕੋਈ ਨਹੀਂ ਆ ਜਾਂਦੇ ਛੋਟੇ ਨੂੰ ਵੀ ਕਰਦਾ ਮੈਂ ਗੱਲ ਕਰ ਲਈ ਗੱਲ ਤੂੰ ਡਰਾਵੇ ਮਾਰ ਕੇ ਮਚਾ ਦੂੰ ਸਵੇਰ ਨੂੰ ਤੂੰ ਕੁਝ ਹੋਰ ਕਹੇਗੀ ਹੈ ਹੋਰ ਮਚਾ ਦੂੰਗੀ ਆ ਮੇਰਾ ਤੂੰ ਲੈਣਾ ਕੀ ਤਾਂ ਕੀ ਕੁਝ ਸਿਕਾ ਕੇ ਆਇਆ ਉਹਨੂੰ ਉਹ ਮਾਂ ਤੁਸੀਂ ਨਾ ਹਟ ਜਾਓ ਬਹੁਤ ਜਲੂਸ ਜਿਵੇਂ ਸਰਕਸ ਲੱਗੀ ਹੁੰਦੀ ਹੈ ਨਾ ਇਸ ਘਰੇ ਸਾਰਾ ਦਿਨ ਐਂ ਚੱਲੀ ਜਾਂਦਾ ਰਹਿੰਦਾ ਕਲੇਸ਼ ਤੁਹਾਡਾ
ਉਹਦੀ ਮਾਂ ਨਾਲ ਗੱਲ ਖੋਲੀ ਸੀ ਵੀ ਭਾਈ ਮੇਰੀ ਧੀ ਕੰਮ ਨਹੀਂ ਕਰਦੀ ਜੇ ਅੱਜ ਉਹਨੂੰ ਪਤਾ ਲੱਗਿਆ ਮੇਰੀ ਧੀ ਤੋਂ ਕੱਪੜੇ ਧਵਾਉਂਦੇ ਸਾਰਾ ਕੰਮ ਕਰਦੇ ਆ ਸਾਰੀ ਟਿੰਡ ਫੌੜੀ ਲੈ ਜੂ ਚੱਕ ਕੇ ਪਏ ਉਹ ਥੱਲੇ ਫਿਰ ਨਾ ਜਦੋਂ ਆਹ ਵਿਆਹਿਆ ਨਹੀਂ ਸੀ ਛੋਟਾ ਉਦੋਂ ਕੀ ਤੁਸੀਂ ਥੱਲੇ ਪੈਂਦੇ ਸੀ ਸੋ ਆਪਣੇ ਘਰੇ ਕੀ ਹੈ ਹੀ ਨਹੀਂ ਕੁਛ ਇਹ ਤਾਂ ਤੁਸੀਂ ਐਵੇਂ ਗਿੱਦੜਾਂ ਨਾਲ ਕੋ ਪਹਾੜੀ ਚੜਾ ਰੱਖਿਆ ਨਾ ਮੇਰੀ ਗੱਲ ਸੁਣ ਜਦੋਂ ਇਹ ਸਮਾਨ ਲੈ ਕੇ ਆਈ ਸੀ ਉਦੋਂ ਤਾਂ ਘਰ ਦਾ ਸਾਰਾ ਪੁਰਾਣਾ ਸਮਾਨ ਵੇਚਦਾ ਕਿ ਨਹੀਂ ਮਾਂ ਆ ਵੀ ਵੇਚ ਦੇ ਆ ਵੀ ਵੇਚ ਦੇ ਹੁਣ ਤਾਂ ਆਪਣਾ ਘਰੇ ਨਵਾਂ ਆ ਗਿਆ ਤੇ ਪਤਾ ਨਹੀਂ ਸੀ ਵੀ ਭਾਈ ਸਾਰਾ ਕੰਮ ਹੀ ਕਰਨਾ ਪਊਗਾ ਉਹ ਬਾਈ ਮੇਰੀ ਗੱਲ ਸੁਣ ਲਾ ਨਵੇਂ ਆਏ ਦਾ ਚੱਲ ਹੁੰਦਾ ਬੰਦੇ ਦਾ ਕੋਈ ਇੱਜ਼ਤ ਮਾਣ ਕਰਦਾ ਪੁਰਾਣਾ ਹੈਨਾ ਆਪਣਾ ਘਰ ਦਾ ਜੀ ਪਰ ਐਂ ਤਾਂ ਨਹੀਂ ਵੀ ਉਹਨਾਂ ਨੂੰ ਸਿਰ ਚੜਾ ਲਗੇ ਤੁਸੀਂ ਤਾਂ ਮਾ ਤੂੰ ਜਿਆਦਾ ਸਿਰ ਚੜਾ ਰੱਖੀ ਆ ਬਾ ਗੱਲ ਤਾਂ ਇਹ ਆ ਮੇਰੀ ਗੱਲ ਸੁਣ ਭਾਈ ਮੈਂ ਤਾਂ ਉਹਨੂੰ ਸਿਰ ਐਂ ਚੜਾਉਂ ਉਹ ਤਾਂ ਜਿੰਨਾ ਚਿਰ ਮੈਂ ਹੈਗੀ ਉਹ ਤਾਂ ਕੰਮ ਦਾ ਹੱਥ ਨਹੀਂ ਲਾਉਂਦੀ ਮਨਿੰਦਰ ਤਾਂ ਉਹ ਬਾਈ ਫਿਰ ਕੰਮ ਸਾਥੋਂ ਵੀ ਨਹੀਂ ਹੁੰਦਾ ਗੱਲ ਮੁੱਕੀ ਆ ਸੱਦ ਲਓ ਚਾਰ ਜਣੇ ਆ ਤਾਂ ਗੱਲਬਾਤ ਕਰਕੇ ਅੱਡ-ਵਿੱਡ ਕਰ ਲਓ ਨਾਲੇ ਮੈਂ ਜਾਇਆ ਮੈਂ ਕੰਮ ਠੀਕ ਆ ਮੇਰੇ ਆਉਂਦੇ ਨੂੰ ਜੇ 3-5 ਜੀ ਕਰੀਏ ਨਾ ਉਹਦੇ ਨਾਲ ਫਿਰ ਹਿਸਾਬ ਲਾ ਲਓ ਜਿਹੜੀ ਗੱਲ ਕਰਨੀ ਹੁੰਦੀ ਆ ਮੇਰੇ ਨਾਲ ਕਰਿਆ ਕਰੋ ਆਹੋ ਤੇਰੇ ਨਾਲ ਕਰਾਂ ਗੱਲ ਠੀਕ ਹੈ ਤੂੰ ਮੈਨੂੰ ਮੱਤਾ ਦਿੰਦਾ ਮੈਂ ਤੈਨੂੰ ਜੰਮਿਆ ਹਜੇ ਤੂੰ ਮੱਤਾ ਦੇਣ ਵਾਲਾ ਹੈ ਨਹੀਂ ਮੈਨੂੰ ਉਹ ਫਿਰ ਜੰਮਿਆ ਹੁਣ ਗੱਲ ਕੂਠਾ ਕਿਉਂ ਦੇਣ ਤੇ ਆਏ ਖੜੇ ਹੋ ਜਾਂ ਕੋਈ ਦੁਨੀਆ ਹੀ ਜਾਂਦੀ ਆ ਤੁਸੀਂ ਕੀ ਲੈਦਾ ਜੰਮਿਆ ਬਸ ਸੁੜ ਤਾਂ ਲੁਤਰੋ ਲੱਗੀ ਆ ਦੋਨੇ ਜੀਆਂ ਦੇ ਆਏ ਜਾਂ ਕੁਛ ਕਹਿਣ ਨੂੰ ਜਾਂ ਵਗ ਜਾ ਖੜਾ ਹੋ ਜਾ ਮੇਰੇ ਕੋਲ ਆਪੇ ਹੀ ਲੱਗੀ ਆ ਜੇ ਬੋਲੇ ਹੋ ਤਾਂ ਬੁਲਾਏ ਆ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਮੁੰਡੇ ਦੇ ਸਿਰ 'ਚ ਪਾਇਆ ਕੀ ਹੈ ਭੋਰਾ ਨਹੀਂ ਗੱਲ ਕਹਿਣ ਦਿੰਦਾ ਨਾ ਤਾਂ ਆਪਦੀ ਸੱਸ ਦੀ ਨਾ ਆਪਦੀ ਤੀਵੀਂ ਦੀ ਭੱਜ ਭੱਜ ਪਊਗਾ ਕੋਈ ਨਾ ਕਰਦੀਆਂ ਇਹਦੇ ਚੜੇਲ ਨਾਲ ਗੱਲ ਇਹਦੀ ਕੀ ਹਿੰਮਤ ਹੈ ਮੇਰੇ ਪੁੱਤ ਨੂੰ ਉਂਗਲਾਂ ਲਾਊਗੀ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਮੰਮੀ ਇਹ ਖੁਸ਼ਖਬਰੀ ਦੇਣੀ ਆ ਅੱਛਾ ਕੀ ਖੁਸ਼ਖਬਰੀ ਹੈ ਮੈਂ ਕਹਿੰਦੀ ਸੀ ਅਸੀਂ ਨਾ ਬਾਹਰ ਕੋਠੀ ਲੈ ਰਹੇ ਆ ਆਕਾਸ਼ ਨੇ ਕੋਠੀ ਦੇ ਕੇ ਆਇਆ ਸ਼ਹਿਰ 'ਚ ਤੇ ਅਸੀਂ ਤਾਂ ਉੱਥੇ ਜਾਵਾਂਗੇ ਹੁਣ ਚੱਲ ਵਧੀਆ ਹੋ ਗਿਆ ਫਿਰ ਤਾਂ ਵਧਾਈਆਂ ਤੁਹਾਨੂੰ हां मम्मी मैं कहंदी सी मेनू आकाश कहंदा मम्मी नाल लेके चलांगे मैं तो जवाब देता मैं कहो तू मम्मी तो की करोना आपा रहवांगे शहर च दोने आवे नहीं नहीं पुत्त नाल लेके जाई समझ तन्नू वधिया काम दा सौखा हो जाऊगा मम्मी ओथे तो की करोना कुछ नहीं हुंदा गा आपे काम करी जाऊगी ओथे तू ता नहीं काम करेगी हुण गल ता तेरी भी सही है ना नाल काम वाली रखण दी लोड़ नहीं हैगी हां चल अहीं करदे फिर मम्मी नाले ओह कहंदा सी कहिंदा जदों आपां उधर गए ना ते डिनर ते मम्मी ते वीरे नूं सद्दांगे पाली चंटा हज तल जावा अपने ते लाउंदी वी इह माड़ियां इह लड़वाउंदियां लड़वाउंदी तां आपां आप फिक पवाउंदी अपने च इह नहीं होर काला पता किन्ना कुछ बोल के गया मैं अस तां अड हो जांगे ऐ कर लांगे कोई लोड़ नहीं कम कराउण दी वाधू कुछ बोलिया जिहड़ा आपां कहा सी ना वी तेल पा के मचा दांगे ओह वी दसता लै दस आ गल दसण दी की लोड़ सी आपां कहिंदे हुण जाण के फूक नहीं लगियां सी आपां तां जाण के कहिंदियां सी देख लां तेरे तों जमें डरदी मम्मी आपां किन्ना डराया सी कल आईं तां मैं काले नूं कहा मैं कहा मैं किहनूं सच्चियां मचाउंदी सी उहीं हुण दबका मारिया सी कहिंदा एड्डी गल सुणनूं कहिण दी की लोड़ है कहिंदा कोई लोड़ नहीं उह तों कम कराउण दी मनिंदर ते कहिंदा टुट्टे आ कहिंदा आप कर ले कहिंदा कम इन्ना कुछ बोलिया मैनूं मेरी गल सुन मम्मी मैं तेनू ऐ कहनी है इन्हें पक्का ही कराया होया काले वीर ते पक्का ही कुछ नहीं बंदा ऐ थोड़ा बोल दंदा आपदी मां नूं मैं तां ऐ कहनी हां तू भी किसे ते कुछ करा ला हुण मां ऐ कहनी है मैं तेरे ताई कोले ना जाके आवां हां है ना भी आपां ओह बाबे कोले जाया आवां मैं ते होर मैं तां ही कहनी हां इह ते करवा ला कुछ नहीं तां अपने हत्थों जमें ही जाऊगा पता ही नहीं इहदी सस ने की पाया है जां सर च बस उहनां नूं तां कुछ कहण नहीं दिंदा आपदे सहुरिआं नूं तां इह मैं तो ही कहनी हूँ मम्मी कुछ तो करना पेगा अपन नहीं मैंने तो ऐसे भी इन्हें तलाक दे दे चल अपने मगर लग जाए इन तलाक दे दे पर यह फाहा बढ़िए गरीबनी तो आप लैना की है तो नहीं तो मैं तू ही कर सकती हाँ। तलाक तो तू ही दवा सकती है मैं तेन ऐ कहनी पूरी तंग कर दे ठीक है बस जमा बस तंग कर दे आप ही देख लिया आप ही बैग चक के जा उड़ूगी बस हूँ आप तंगती हैं आप डक्का तोड़ना नहीं इसे कही जावे बस कम कर सारा तो आप हम काले वीर भी आपके वाल करना यह भी स्कीम लानी पेगी अपन कहना मैं तो अड होगा मैं छोटे ना हिसाब कर ला फिर अड होगा तो चल हाँ। कोई अम्मी तू तो टेंशन ला मैं कोई प्लान बनानी है तू पहले इन्हू तंग कर चंगा फिर ठीक है आ हुंदे सीख लाना हुण पता लगू हरप्रीत नू भी मैं की चीज हाँ नाल तो मैं नहीं कुछ कहंदी बेबे आप ही लड़ी जाऊगी इहदे नाल हरप्रीत की करी जन्नी चाह बनाई जन्नी दी ले मैं बना दिनी तू बैठ जा नहीं बस हुण तां मैं बना ली अच्छा चल ऐ करूंगी मैं फड़ा आऊंगी सारे नू ठीक है मैं तैनू ऐ पुछदी सी तू काले वीर नू सारा कुछ दस तड़ा उहदे इन्ना कुछ होया हाँ दीदी उन्होंने ना मेनू सौं पाती सी फिर मेनू दसना पे तू ना गल दस के मां नू आपदे गल आप ही पवा लिया दीदी मेनू काला बार बार कही गया फिर मेनू दसना पे कमलिए ओह तां चल कही गया हुण मम्मी ने पूरी भड़की पई आ मेरे कोल आई सी कहिंदी हरप्रीत ने हाँ हाँ मेरा मुंडा मेरे तो तड़वाता कहिंदी हुण इहनूं मैं दसूंगी मैं बथेरा समझाउण दी कोशिश कीती सी चल कोई ना मम्मी वी चल आपां तों गलत कहता सीगा चल अपनी वी गलती है ना पर तैनूं पता मम्मी कित्थे मंनदी आ मैं तां आप उहदे डरी पई आ
तू पढ़ी लिखी है, तू खबर तो सुनती होगी ना भी जड़ियाँ नाह दब जिंदा उन्होंने सस्सा दबा ही लेंदगा नाले फिर अग ला के फूक देंदगा। मैं तेन आए कहनी हाँ जो हम मम्मी तेन कुछ बोली ना अगों सीधी होई मम्मी ना तू आप देख ला मैं मम्मी ने जमा नहीं बोलन दी आपके मूहरे मेरे मूहरे बोलती है कदे देखी है नाले सारा काम कर दी है जे तू मेरा साथ दे ना फिर आप दोवें काम से ला लगे। दीदी काम तो कानू लाना मम्मी ने काम करने वास्ते आप ही है चल जे मम्मी गुस्सा कर दी सी तो मैं सॉरी फील कर लूंगी मम्मी तो। ओफो तू एडी कमलियाँ इन्नी भोलियाँ तू मेरी गल सुन ला कोई लोड़ नहीं हैगी सॉरी कहने की जे तू सॉरी कहता ना तो मम्मी तेन होर तंग करूगी देख ला मैं भी मम्मी ने बाला कुछ तो कह नहीं सकती हैगी तेरा माड़ा मोटा साथ ही दे सकती हाँ ता ही कहनी हाँ जे तेन मम्मी कुछ कह लगी ना मम्मी ने सीधी हो जी तेन मैं दसता तू ना जिमें मैं कहनी हाँ उवें चल तो मम्मी ने अपने रास्ते ते लियावांगी। ठीक है दीदी जिमें तुसी कहने मैं उवें करूंगी हुण। हाँ बहुत सही नहीं चल कर चाह पा के लिया फिर बह के गल्ला करते। ठीक है दीदी। हाँ माँ किवें आ? वधिया होर की करी जांदे सी? ते वीरा? अच्छा ठीक है वो बस वधिया नहीं नहीं माँ कोई कुछ नहीं बोलिया सारे वधिया रहिंदे हुण तां मेरे नाल। हाँ हाँ वधिया रहिंदी है सस हुण तां दीदी भी मेरी साइड होगी सॉरी मंग ली सी उहने मेरे तो। हाँ माँ की करी जानी है तू कुछ नहीं मम्मी ना तैनू मैं की कहा सी भी काले कोले कोई गल नहीं करनी तू फिर परोतियां सारियां गल्लां। ओ तो मम्मी उन्होंने सौं पाती सी फिर मैं दसना पिया। आहो सौं पाती तेरे जाली जीभ चलन लगी ना इहदे विच जीभ चलन वाली की गल है जिहड़ी तुसी कीती सी तां मैं दसती ना तेरे की गोली मारती सी कीती सी की करता तेरे नाल कम दा की है तैनू फिर कम करदी तां होर कौन करदा कम तुहाडा नहीं कम की कर दिया मत्थे ते उड़ियां पा लैनी है जे कोई गल मैथों नहीं हुंदा मैथों काले दी सीख ते चढ़ी पई है ना तू ਉਹਨੇ ਕੀ ਸਿੱਖ ਲਾਤੀ ਮਾਂ ਤੁਸੀਂ ਉਹ ਬੋਲਦੇ ਰਹਿੰਦੇ ਹੋ ਮੈਨੂੰ ਹਾਂ ਨਹੀਂ ਮੈਨੂੰ ਪਤਾ ਹੀ ਆ ਆ ਜਿਹੜੇ ਤੂੰ ਅੱਡ ਹੋਣ ਵਾਲੀਆਂ ਗੱਲਾਂ ਕਰਦੀਆਂ ਨਾ ਨਾ ਤਾਂ ਤੈਨੂੰ ਅੱਜ ਅੱਡ ਕਰਾਂ ਨਾ ਕਰਾਂ ਕੱਲ ਇੱਥੇ ਹੀ ਰੱਖੂ ਸਾਰਾ ਕੰਮ ਤੇਥੋਂ ਕਰਵਾਇਆ ਕਰੂੰ ਹਿਸਾਬ ਲਾ ਲਾ ਅੱਡ ਤਾਂ ਅਸੀਂ ਹੋਵਾਂਗੇ ਮਾਂ ਤੂੰ ਦੇਖੀ ਜਾ ਅੱਜ ਨਹੀਂ ਤਾਂ ਕੱਲ ਨਾ ਤੇਰੇ ਮਾਲੀ ਥਾਂ 'ਚ ਹੋਵੇਂਗੀ ਦੱਸ ਕਿਹੜੀ ਜਗ੍ਹਾ 'ਚ ਹੋਵੇਂਗੀ ਇਹ ਘਰ ਮੇਰਾ ਹੈ ਕਿਉਂ ਇਸ ਘਰ 'ਚ ਕਾਲੇ ਦਾ ਵੀ ਹਿੱਸਾ ਹੈ ਨਹੀਂ ਕਿਹੜੀਆਂ ਗੱਲਾਂ 'ਚ ਫਿਰਦੇ ਹੋ ਤੁਸੀਂ ਇਹ ਭੁੱਲ ਜਾ ਉਹ ਮੰਮੀ ਫਿਰ ਲੱਗ ਗਏ ਤੁਸੀਂ ਕਿਉਂ ਲੜਦੇ ਹੁੰਦੇ ਚਲੋ ਆ ਜਾਓ ਆਪਾਂ ਅੰਦਰ ਚੱਲਦੇ ਨਾ ਲੜਾ ਨਾ ਕੱਲੀ ਕੱਲੀ ਗੱਲ ਕਾਲੇ ਦੇ ਪ੍ਰੋਤੀ ਉਹ ਪਤਾ ਕਿੰਨਾ ਕੁਛ ਕਹਿ ਕੇ ਗਿਆ ਮੈਨੂੰ ਤੁਸੀਂ ਜੇ ਮੈਨੂੰ ਕੁਛ ਕਹੋਗੇ ਮੈਂ ਤਾਂ ਦੱਸੂਗੀ ਮੇਰੀ ਗੱਲ ਸੁਣ ਹੁਣ ਤਾਂ ਤੈਨੂੰ ਬਖਸ਼ਤੀ ਇਹ ਤੋਂ ਬਾਅਦ ਬਖਸ਼ਣਾ ਨਹੀਂ ਹਿਸਾਬ ਲਾ ਲਈ ਜੇ ਕੋਈ ਗੱਲ ਇਹਨਾਂ ਬਾਹਰ ਨਿਕਲ ਗਈ ਹੁਣ ਨਹੀਂ ਡਰਦੀ ਮਾਂ ਮੈਂ ਤੁਹਾਡੇ ਤੋਂ ਤੁਸੀਂ ਬਹੁਤ ਡਰਾ ਕੇ ਰੱਖ ਲਿਆ ਮੈਨੂੰ ਨਾ ਤੂੰ ਨਹੀਂ ਡਰਦੀ ਨਹੀਂ ਤੇਰੀ ਮਾਂ ਵੀ ਡਰੂ ਤੇਰਾ ਪਿਓ ਵੀ ਡਰੂ ਪਾਣੀ ਭਰਨਗੇ ਸਾਰਾ ਟੱਬਰ ਤੂੰ ਤਾਂ ਕੀ ਨਹੀਂ ਡਰਦੀ ਨਾ ਮੰਮੀ ਤੁਸੀਂ ਗੱਲ ਗੱਲ ਤੇ ਮੇਰੇ ਮਾਂ ਪਿਓ ਨੂੰ ਵਿੱਚ ਲਿਆ ਨੇ ਉਹਨਾਂ ਨੇ ਕੀ ਵਿਗਾੜਤਾ ਤੁਹਾਡਾ ਨਾਲੇ ਹੁਣ ਜੇ ਮੈਂ ਕਾਲੇ ਨੂੰ ਦੱਸਦੀ ਫੇਰ ਦੇਖਿਓ ਤੁਸੀਂ ਫੇਰ ਮੈਨੂੰ ਕਹੋਗੇ ਕਲੇਸ਼ ਕਰਵਾਤਾ ਤਾਂ ਹੀ ਕਿਨੇ ਮੰਮੀ ਚੁੱਪ ਕਰ ਜਾ ਕੁਛ ਨਹੀਂ ਹੁੰਦਾ ਵੱਡਾ ਕਲੇਸ਼ ਪੈ ਜਾਊਗਾ ਚੁੱਪ ਕਰ ਮੇਰੀ ਗੱਲ ਸੁਣ ਆਹੋ ਤੂੰ ਤਾਂ ਬਹਾਨੇ ਭਾਲਦੀ ਐ ਮਾੜੀ ਮਾੜੀ ਗੱਲ ਕਾਲੇ ਨੂੰ ਦੱਸਾਂ ਕਲੇਸ਼ ਪਵਾਵਾਂ ਮੈਂ ਅੱਡ ਹੋਵਾਂ ਚਲ ਆਪ ਵੀ ਤੂੰ ਚੁੱਪ ਕਰ ਜਾ ਕੁਛ ਆ ਮੰਮੀ ਤੂੰ ਖੜੀ ਹੋ ਜਾ ਇਹ ਚੁੱਪ ਕਰਦੀ ਐ ਮਾਂ ਨੇ ਸਿਖਾ ਕੇ ਭੇਜੀ ਐ ਪੂਰੀ ਪੱਤੀ ਪੜਾ ਕੇ ਤੈਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੇਰੀ ਮਾਂ ਨੂੰ ਕੁਛ ਨਾ ਕਹੋ ਜਿਹੜਾ ਕੁਛ ਕਹਿਣਾ ਤੁਸੀਂ ਮੈਨੂੰ ਕਹਿ ਲਓ ਹਾਂ ਗੱਲ ਗੱਲ ਤੇ ਤੁਸੀਂ ਮੇਰੀ ਮਾਂ ਨੂੰ ਵਿੱਚ ਲਿਆ ਨਾ ਕੀ ਗੱਲ ਨਹੀਂ ਮਾਂ ਨੇ ਤਾਂ ਦੇਖ ਟਰੱਕ ਦਾਜ ਦਾ ਦੇ ਕੇ ਤੋਰੀ ਐ ਜਿਹੜਾ ਸੋਨੇ ਨਾਲ ਲੱਦੀ ਪਈ ਐ ਚਾਹੇ ਉਹਨਾਂ ਨੇ ਤਾਂ ਕੁਛ ਨਹੀਂ ਦਿੱਤਾ ਪਰ ਤੁਸੀਂ ਉਹਨਾਂ ਨੂੰ ਕਹਿਣ ਦਾ ਕੋਈ ਹੱਕ ਨਹੀਂ ਤੁਹਾਡਾ ਅੱਛਾ ਮੇਰਾ ਹੱਕ ਨਹੀਂ ਤੂੰ ਹੁਣ ਕਰੀ ਕੋਈ ਗੱਲ ਦੇਖੀ ਜਾਈ ਤੇਰੇ ਕਰਦੀ ਆ ਤੇਰੀ ਗੁਦਨੀ ਪਟੂੰਗੀ ਉਹ ਹੁਣੇ ਆ ਚਲੀ ਆ ਬਾਹਰ ਚੱਲਦੇ ਹੈ ਨਾ ਪੁੱਤ ਕੀ ਗੱਲ ਹੋ ਗਈ ਤੇਰੀ ਮੰਮੀ ਕਾਹਨੂੰ ਇੰਨਾ ਬੋਲੀ ਜਾਂਦੀ ਐ ਕੁਛ ਨਹੀਂ ਬਸ ਮਾਂ ਉਹੀ ਰੋਜ਼ ਦਾ ਕੰਜਰ ਕਲੇਸ਼ ਇਹਨਾਂ ਦਾ ਤੂੰ ਕਹੀ ਜਾਂਦੀ ਆਪਾਂ ਤਾਂ ਸਾਰਾ ਕੁਝ ਠੀਕ ਹੈ ਮਾਂ ਮੈਨੂੰ ਆਈ ਸੀ ਐਵੇਂ ਕਿਉਂ ਤੁਹਾਨੂੰ ਟੈਨਸ਼ਨ ਦੇਣੀ ਗੱਲ ਗੱਲ ਤੇ ਟੈਨਸ਼ਨ ਦੀ ਕੋਈ ਗੱਲ ਨਹੀਂ ਬਸ ਸਾਨੂੰ ਸਾਰੀ ਗੱਲ ਦੱਸਿਆ ਕਰ ਜੇ ਵੱਧ ਘੱਟ ਬੋਲਦੀ ਹੈ ਨਾ ਮੈਂ ਤੇਰੇ ਭਰਾ ਨੂੰ ਤੋੜ ਦਿੰਦੀ ਆ ਤੈਨੂੰ ਆ ਕੇ ਲੈ ਜੂ ਪਰ ਇਹਨਾਂ ਦੇ ਲੜਾਕੀਆਂ ਦੇ ਵਿੱਚ ਨਹੀਂ ਛੱਡਣਾ ਤੈਨੂੰ ਮੈਂ ਦੱਸਾਂ ਨਹੀਂ ਨਹੀਂ ਮਾਂ ਦੀਦੀ ਤਾਂ ਹੁਣ ਮੇਰੀ ਸਾਰੀ ਗੱਲ ਮੰਨਦੀ ਆ ਮੇਰੀ ਸਾਈਡ ਆ ਕੱਲੀ ਬਸ ਮੰਮੀ ਆ ਕੋਈ ਨਾ ਕਿੰਨੇ ਕੁ ਦਿਨ ਬੋਲ ਪੂਗੀ ਬੋਲੀ ਜਾਣ ਦੇ ਨਾ ਮੰਮੀ ਕੋ ਥੋੜਾ ਬੋਲੀ ਆ ਸਾਰਾ ਕੁਝ ਮੈਂ ਸੁਣ ਲਿਆ ਫੋਨ ਲੱਗਿਆ ਰਹੀ ਆ ਤੂੰ ਉੱਥੇ ਕੱਟਿਆ ਨਹੀਂ ਗਿਆ ਤੇ ਸੋਹਣ ਕਰੋ ਕੋਈ ਨਾ ਮਾਂ ਉਹ ਤਾਂ ਮੈਨੂੰ ਪਤਾ ਨਹੀਂ ਲੱਗਾ ਕਾਲੀ ਗੱਲ ਚ ਮਾਂ ਉੱਪਰ ਆ ਗਈ ਸੀ ਇਸ ਕਰਕੇ ਮੈਂ ਹੀ ਰੱਖਤਾ ਸੀ ਫੋਨ ਹੁਣ ਕਿੰਨਾ ਕੁ ਬੋਲੂਗੀ ਹੁਣ ਮੈਂ ਇਹਨਾਂ ਨੂੰ ਚੁੱਪ ਕਰਕੇ ਨਹੀਂ ਸਹਿੰਦੀ ਪਹਿਲਾਂ ਮੈਂ ਬਹੁਤ ਚੁੱਪ ਰਹਿ ਲਈ ਇਹਨਾਂ ਦੇ ਅੱਗੇ ਮੈਂ ਵੇਖ ਲਾ ਹੋਰਾਂ ਨਹੀਂ ਚੁੱਪਦੀ ਗਈ ਇੰਨਾ ਕੁਝ ਹੋਇਆ ਪਟੈਂਟਾਂ ਹੋ ਗਈਆਂ ਤਾਂ ਵੀ ਇਹ ਕੁੜੀ ਦਾ ਹੰਕਾਰ ਨਹੀਂ ਰਹਿਣਾ ਹੋਇਆ ਇਹਦਾ ਆਪਦੇ ਪੁੱਤ ਦਾ ਘਰ ਪੱਟ ਕੇ ਛੱਡੂਗੀ ਮੈਨੂੰ ਲੱਗਦਾ
नहीं मम्मी मैंने मेरी दीदी ने आई किया भी कहनी मैं तेरे नाल हां मम्मी आप ही लौट हो जूगी कोई ना ओ हुन मेरी साइड होगी तू टेंशन ना मत लो ये पता वो तेरी पूछ के बेइज्जती हो रही है मैं इन्हें लगदा ये कुड़ी नु सुनता जी ये ना उन कान भरे हुए अड्डे पे अमीर ते गरीब वाला कोई ना मम्मी काला मेरे नाल दीदी मेरे नाल हुन मेनू कोई टेंशन नहीं हैगी चल पुत देखना तेरी मर्जी है जे फिर भी तू गल होंदी गल तक बोलती है ना हरप्रीत बाली भोरी है ओदी गल्लां च आ गई मम्मी मूहरे बोल ही पई हुण ना मम्मी नूं भड़काउणा बाली सौखा हो गया हुण इन्हां दोनों नूं लड़वा के ना ते मैं बन जाऊं मिठी सारा कुछ आपदे हथ च कर लूंगी इनू भी ना हरप्रीत नूं आपदी मुट्ठी च रखूंगी मैं बस जिवें मैं कहाँ तो उवें चले बस मेरे कहने वैसे मैं लैना की ना तो मैं तो बाहर हूँ शहर जाऊँगी आपे दोनों नौ सस लड़ी आएंगी इतने बस छेती आकाश खुशखबरी दस दिया कि हो गया की बोली आनी गली गली तुस तो मिस कर दे सारा ड्रामा तो मैं देखती हाँ इतने घर क्यों अज की होया घरे मम्मी तो हरप्रीत नूं डवाता मैं हुण तो मम्मी नूं पूरी आपदे वल कर लिया हरप्रीत नाल मैं होगी मिठी छो मैं दसो की बनया घर का मैं फोटो दिखा की फोटो दिखाव यार तेन मैं कहा ना मैं जान दे जे मैं उदी जा वड़दा तू कहनी कल नू जा बनी कोई गल नहीं घर बिक गया ले लिया किसी ने हाय रब्बा माड़ी किस्मत हूँ की करांगे करना की है मैं गल करके आया मैं कोई गल नहीं भी पंजा हजार रुपया वध ले लो जो तुम लेना पर घर सानू ये सोहना लग्या मैं कहा भी असं इस रहेंगे दो जी हाँ असं हुण की करिए फिर आपां मैं तो इन्ना सारा कुछ सोची बैठी सी भी अपना सारा समान इतों लै जाएंगे पर बेच के नवा समान नवा फर्नीचर लावांगे सारा घरे सारा कुछ पानी फिर गया सारे यार पानी तो फिर गया मैं हुण दस की कर सकदा वह बंदे जिहड़े आए सीगे वह कहिंदे तुहाडे तों बाद च ही आए मैं तैनूं कहा सी ना मैं साई फड़ाया वा वह पहला आउण सारी साई फड़ा के देख के घर नूं चल कोई ना की पता एदू वधिया ही मिल जाए आपां नूं की वधिया मिलूगा की ना मिलूगा यार बहुत वधिया इलाके दे विच सीगा सारा कुछ नाले मेरा कम्म दा सौखा सी उत्थों नाले मैंने तेरी कोई फिक्र नहीं वधिया घरे बैठे रही आसे पासे साधन सारे सीगे कोई बस अड्डा सी सारे नेड़े सीगे ओहो आ तां बाली माड़ी होई मेरी गल सुने मैं तां इत्थे मम्मी नूं भी दसदा सीगा मैं तां इन्ने सुपने ख्वाब सजा ले सीगे तुसीं तां सारी तोड़ते सारिआं ते पानी फेरता ऐ मैनूं नहीं पता मैनूं तां उही घर चाहीदा फिर मैं कहदे नाल तेरे सुपने तोड़ते मैं तां हुण लग्गिया पिया सीगा पर हुण मैनूं ऐ लगदा कि मैं कम्म ते जा वड़ूंगा ते अपने घर वाला जिहड़ा सुपना गा उह तां चार महीने पिछे गया ओहो तुसीं ऐ ना कहो प्लीज़ कुछ नहीं हुंदा मेरी गल सुन चल कोई ना जिथे इन्ना टाइम रह ले आप 6-7 महीने मैं होर कढ़ लूँगी इतने कोई गल तुसीं हौली हौली ना उदू भी सोहना घर लभ लियो नाले उदों ना आप सारी जमीन जायदाद ते घर आपदे हथ च ही करांगे रख लांगे इन्हां नूं लड़वा के ना आ हरप्रीत तां मैं घरों ही कढ़वा देना तुसीं देख ही जायो बस यार उहीं मारी जांदियां दो गल्लां इह पहली गल तां मेरी उधर सैटलमेंट नहीं आ रही मैनूं आए सी मेरी बदली इधर नेड़े हो जाए अपना सारा काम सैट हो जाए पर आह काम इहदा तूं 6 महीने हो गए करी जांदी नूं जे मैं लड़ा दूंगी ऐं कर दूंगी ये कर दूंगी होया तां है नहीं कुछ पता नहीं क्यों किस्मती माड़ी आ जद ही कुछ ना कुछ कर लगती हैं वो दी सारा कुछ सीधा हो जाता मैं तो आपदे आने पूरी कोशिश कर दी थोड़े सामने सारा दिन तो लगी रही होर की करा कच्चियां गल्लां कर दे हो ना इस बार तो मम्मी ने प्लान दस्या मैनू ते ना वो प्लान आ जिहड़ा वो चली भी आंदा चवां सक्सैसफुल हो रहा सक्सैसफुल तो तेरा प्लान वो भी हो गया सी जदों वो आपदे पेके जाके बह गई सी फिर वापस क्यों लेके आंदी नाले क्यों गई फिर जदों तैनूं पता ही सी एक वारी फिर ताने जे ना मारो हुण मैं तो पूरी कोशिश करी नहीं आप तो वग जाए सारा कुछ सुनना तो मैनू ही पैंदा ना नाल तो मैं कर दी रही तुसीं मैनू सुनाओ फिर मैं जांदा कादे वास्ते तेरे वास्ते जाना भी तैनूं अड्ड लैके कितें बहदा जाऊंगा इन्हां दा की पता अज इन्ना क्लेश कर दिया कल नूं किन्ना करनगे चल कोई नहीं तुसीं टेंशन लो मैं थोड़े वास्ते ना वधिया पानी बना के लैणा ठंडा तुसीं ना बेफिक्र इस बार तां कढ ही देनी करो तुसीं वेख लो काला वीरा भी आपदे वास्ते कर लैणा मैं तुसीं टेंशन ना लो बस कढ देनी नाले ना कढ